ਆਪਣੇ ਕੈਪਟਨ ਸਾਹਿਬ ਤੁਸੀਂ ਪੰਜਾਬ ਦੇ ਪੰਚਾਂ ਸਰਪੰਚਾਂ ਨੂੰ ਕੋਈ ਖਾਸ ਸੁਨੇਹਾ ਕਿਉਂਕਿ ਤੁਹਾਡੀਆਂ ਸਵੇਮੰਤ ਪਤਾ ਹੀ ਲੱਗਦਾ ਧਰਤੀ ਤੇ ਹੀ ਨੇ ਅਸੀਂ ਤਾਂ ਜਦੋਂ ਪਿੰਡ ਸਿੰਘਪੁਰ ਆਏ ਤਾਂ ਇਹ ਸਿੰਘਪੁਰਾ ਪਿੰਡ ਤੁਹਾਡਾ ਪੋਜੇਵਾਲ ਕੀ ਹੈ ਇਹਦਾ ਪੋਜੇਵਾਲ ਸਾਡਾ ਪੁਲਿਸ ਸਟੇਸ਼ਨ ਹੈ ਅ ਤਹਿਸੀਲ ਬਲਾਚੌਰ ਹੈ ਤਹਿਸੀਲ ਬਲਾਚੌਰ ਡਿਸਟ੍ਰਿਕਟ ਨਵਾਂ ਸ਼ਹਿਰ ਐ ਐਮਪੀ ਸਾਹਿਬ ਇੱਥੇ ਤੁਹਾਡੇ ਮਨੀਸ਼ ਤਵਾੜੀ ਜੀ ਨੇ ਤਾਂ ਮੈਂ ਤਾਂ ਮਨੀਸ਼ ਤਵਾੜੀ ਜੀ ਨੂੰ ਕਹੂੰਗਾ ਵੀ ਮਨੀਸ਼ ਤਵਾੜੀ ਜੀ ਮੈਂ ਪਰਸਨਲੀ ਮੇਰਾ ਬਹੁਤ ਹੀ ਜੀ ਨੂੰ ਕਹਿੰਦੇ ਭਰਾਵਾਂ ਵਾਂਗ ਪਿਆਰ ਆ ਉਹਨਾਂ ਨਾਲ ਮੈਂ ਉਹਨਾਂ ਨੂੰ ਇਹ ਵੀਡੀਓ ਚੱਲੀ ਜਾਣੀ ਹੈ ਸਭ ਤੋਂ ਪਹਿਲਾਂ ਮੈਂ ਰੋਜ਼ ਇਦਾਂ ਲੋਡ ਹੀ ਕਰ ਦਿੰਦਾ ਉਹ ਦੇਖਦੇ ਨੇ ਤਾਂ ਮੈਂ ਉਹਨਾਂ ਨੂੰ ਕਹੂੰਗਾ ਵੀ ਇਦਾਂ ਦਾ ਪੰਜਾਂ ਸਰਪੰਚਾਂ ਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਤੁਸੀਂ ਪੰਜਾਬ ਦੇ ਪੰਜਾਂ ਸਰਪੰਚਾਂ ਨੂੰ ਕੀ ਸਨੇਹ ਦੇਣਾ ਚਾਹੋਗੇ ਵੀ ਪੰਜਾਬ ਨੂੰ ਇਦਾਂ ਦੇ ਕੰਮ ਕਰਨ ਕਿਉਂਕਿ ਇਹ ਤਾਂ ਹੈ ਨਹੀਂਗਾ ਪਬਲਿਕ ਦਾ ਪੈਸਾ ਅਗਰ ਪਬਲਿਕ ਲਈ ਲਾਉਂਦੇ ਆ ਤਾਂ ਉਹਦੇ ਚ ਹੀ ਉਹਨਾਂ ਦਾ ਮਾਨ ਸਨਮਾਨ ਬਾਅਦ ਵਿੱਚ ਐਵੇਂ ਹਸਾਬ ਕਿਤਾਬ ਚੱਕੀ ਫਿਰਦੇ ਲੱਖ ਦੋ ਲੱਖ ਰੁਪਏ ਦਾ ਕੂੜ ਕਪੜ ਖਾ ਕੇ ਇਹ ਗਲੀਆਂ ਦੇ ਮੇਰੇ ਹਸਬਤ ਕੂੜਾ ਖਾਣਾ ਨਹੀਂ ਚਾਹੀਦਾ ਨਾ ਆਪਣੇ ਬੱਚਿਆਂ ਨੂੰ ਖਿਲਾਉਣਾ ਚਾਹੀਦਾ ਤੁਸੀਂ ਕੀ ਸਨੇਹ ਦੇਣਾ ਚਾਹੋਗੇ ਪੰਚਾਂ ਸਰਪੰਚਾਂ ਨੂੰ ਪੂਰੇ ਪੰਜਾਬ ਭਰ ਦੇ ਨੂੰ ਬਹੁਤ ਇੱਕ achhi seva hai agar dilo karo aur honestly aur hard working karo bahut mannushanti mildi hai ਨਹੀਂ ਤਾਂ ਹੋਰ ਪੰਜ ਸਰਪੰਚ ਵੀ ਇੱਚੀ ਤੇਰ੍ਹਾਂ ਕੰਮ ਕਰਕੇ ਦੇਖਣ ਮੈਂ ਕਹਿੰਦਾ ਉਹਨਾਂ ਨੂੰ ਪਰਮਾਤਮਾ ਵੱਲੋਂ ਪੇਸ਼ੈਂਸ ਮਿਲੂਗੀ ਮੈਨੂੰ ਮਿਲ ਰਹੀ ਹੈ ਲੋ ਬਈ ਪੰਜਾਬ ਵਾਸੀਓ ਭਾਰਤ ਵਾਸੀਓ ਤੇ ਸੰਸਾਰ ਵਾਸੀਓ ਇਹ ਜੇ ਮੈਂ ਕਹਿੰਦਾ ਸਰਪੰਚਾਂ ਨੂੰ ਇਹ ਜੇ ਸ਼ਕਤੀਤਾ ਨੂੰ ਪਰਮਾਤਮਾ ਲੰਬੀ ਉਮਰ ਦੇਵੇ ਆ ਦੇਖੋ ਬੋਰਡ ਤੇ ਇਹਨਾਂ ਨੇ ਪੂਰਾ ਲਿਖਿਆ ਵਾ ਸਾਰਾ ਇਹ ਸੈਕੰਡ ਟਰਮ ਦੇ ਵਿੱਚ ਨੇ ਕੈਪਟਨ ਅਮਰਚੰਦ ਜੀ ਪਿੰਡ ਹੈਗਾ ਸਿੰਘਪੁਰਾ ਆ ਦੇਖੋ ਸਾ ਬਿਲਕੁਲ ਕਲੀਅਰ ਕਰਕੇ ਲਾਇਆ ਇਹਨਾਂ ਤੋਂ ਸੇਧ ਲਵੋ ਇਹਨਾਂ ਦੇ ਬਹੁਤ ਹੀ ਮੈਂ ਤਾਂ ਕਹਿੰਨਾ ਵੀ ਅੱਜ ਮੈਂ ਸੁਭਾਗਾ ਦੇਣਾ ਜਿਹੜਾ ਚਰਨਾ ਦੇ ਵਿੱਚ ਆਏ ਆ ਇਹ ਲੋ ਸਾਰਾ ਕਲੀਅਰ ਲਿਖਿਆ ਪਿੰਡ ਦੇ ਵਿੱਚ ਐਸੇ ਵਧੀਆ ਜੀ ਨੂੰ ਕਹਿੰਦੇ ਆ ਕੰਮ ਹੋਏ ਨੇ ਮੈਨੂੰ ਤਾਂ ਇਦਾਂ ਲੱਗਦਾ ਵੀ ਕੋਈ ਰਣਧੀਰ ਸਿੰਘ ਨਗਰ ਦਾ ਆਊਟਰ ਏਰੀਆ ਵਾ ਇਹ ਮੈਂ ਸੜਕਾਂ ਤੁਹਾਨੂੰ ਜਿਆਦਾ ਦਿਖਾਉਂਗਾ ਇੰਨੇ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਯੈਸ ਚੌਧਰੀ ਸਾਹਿਬ ਮੈਂ ਤੁਹਾਨੂੰ ਆਉਂਦਾ ਹੀ ਨਹੀਂ ਕਿਹਾ ਸੀਗਾ ਬਈ ਇਹ ਮੈਨੂੰ ਜਸਟ ਲਾਈ ਕਰਣ ਧੀਰ ਸਿੰਘ ਨਗਰ ਦੇ ਲੱਗ ਰਿਹਾ ਬਈ ਇਹ ਸਿੰਘਪੁਰਾ ਪਿੰਡ ਅਸੀਂ ਉਧਰ ਆਏ ਜੀ ਤੁਹਾਡਾ ਸਤਸੰਗ ਬਿਆਸ ਘਰ ਉਥੇ ਆ ਕੇ ਇਦਾਂ ਫੀਲ ਹੋ ਰਿਹਾ ਕਿਸੇ ਮਨਾਲੀ ਦੀ ਕੋਈ ਛੋਟੀ ਪਹਾੜੀ ਦੇ ਵਿੱਚ ਉੱਥੇ ਸਾਹਮਣੇ ਬੱਚਿਆਂ ਦਾ ਪਲੇਗ੍ਰਾਉਂਡ ਬਣਿਆ ਹੈ ਉਹ ਦੇਖਣ ਕਾਬਲ ਹੈ ਲੋਕੇਸ਼ਨ ਹੀ ਇਹੋ ਜਿਹੀ ਹੈ ਕੁਝ ਗੋਡ ਗਿਫਟ ਹੈ ਸਿੰਘਪੁਰ ਦਾ ਜਿਹੜਾ ਜੀਓਗ੍ਰਾਫੀ ਹੈ ਥੈਟ ਇਜ਼ ਅ ਐਪਰੀਸ਼ੀਏਬਲ ਐਵਰੀ ਘਾਰੇ ਚ ਜਾਨ ਬਾਸਤੇ ਵਹਕਲ ਜਾਂਦੀ ਹੈ ਹਰ ਇੱਕ ਦੇ ਇੱਕ ਨਹੀਂ ਦੋ ਦੋ ਤਿੰਨ ਤਿੰਨ ਤਰਫੋਂ ਵੀ ਜਾਂਦੀ ਹਾਰਲੀ ਦੋ ਘਾਰੇ ਜਿੰਨਾ ਦੇ ਕੇ ਵਹਕਲ ਨਹੀਂ ਅੰਦਰ ਜਾ ਸਕਦੀ ਇਹ ਪਰਮਾਤਮਾ ਵੱਲੋਂ ਵੀ ਅਸ਼ੀਰਵਾਦ ਹੈ ਐਂਡ ਆਈ ਏਮ ਆਲਸੋ ਟ੍ਰਾਈਂਗ ਟੂ ਸਰਵ ਕਰੈਕਟਲੀ ਐਂਡ ਔਨੈਸਟਲੀ ਲੋਟ ਆਫ ਥੈਂਕਸ ਥੈਂਕ ਯੂ